कंजन भरो शब्द गुरु श्रवण है सुनियो इसते अमृत होयो नाम सतगुरु मुख पढ़ियो गुण ग्रहण करने वाली सुरत है तो गुरु को गुण लै जाएगा
ਜੇ ਚਿੱਟੜ ਵਾਲੀ ਸੁਰਤੀ ਹੈ ਜੋਗ ਵਾਲੀ ਹੈ ਤਾਂ ਉਹ ਇੱਥੋਂ ਆਉਣ ਲੈ ਜਾਵੇ। ਅਸੀਂ ਵਾਹਿਗੁਰੂ ਦੀ ਪੁਸਤਤ ਕਰਨੀ ਹੈ, ਪੁਸਤਤ ਕਹਿਣ ਨਾਲ ਕਰਨ ਨਾਲ ਜਿਹੜੀ ਸੁਰਤ ਹੈ ਮਨੁੱਖ ਦੀ ਉਹ ਗੁਣਾਂ ਨੂੰ ਗ੍ਰਹਿਣ ਕਰਨ ਵਾਲੀ ਹੋ ਜਾਂਦੀ ਹੈ, ਔਗਣ ਗ੍ਰਹਿਣ ਕਰਨ ਵਾਲੀ ਸੁਰਤ ਹੈ ਜਿਹੜੀ ਉਹ ਸੌਂ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਪਾਠ ਕਰਦਾ ਹੈ, ਸਾਧ ਸੰਗਤ ਵਿੱਚ ਆਉਂਦਾ ਹੈ, ਨਮਸਕਾਰ ਕਰਦਾ ਹੈ, ਗੁਰਸਿੱਖਾਂ ਨੂੰ ਮਿਲਦਾ ਹੈ, ਗੁਰਸਿੱਖਾਂ ਨੂੰ ਨਮਸਕਾਰ ਕਰਦਾ, ਸੇਵਾ ਕਰਦਾ ਹੈ, ਉਹਦੀ ਸੁਰਤ ਹੈ ਜਿਹੜੀ ਉਹ ਗੁਣ ਦੇਖੀ ਹੁੰਦੀ। ਔਗਣਾਂ ਦਾ ਕਹਿਣਾ ਛੱਡਦੇ ਵੀ ਕਿ ਨਿੰਦਿਆ ਚੁਗਲੀ ਤੋਂ ਬਚਿਆ ਰਹੇਗਾ, ਜਿੰਨੀਆਂ ਬਿਮਾਰੀਆਂ ਨੂੰ ਸਾਰੀਆਂ ਆਉਂਦੀਆਂ ਦੂਰ ਹੋ ਜਾਂਦੀਆਂ, ਕਿਉਂਕਿ ਕਿਸੇ ਦਾ ਮਾੜਾ ਚਿੱਤ ਬਣਾਈ ਨਹੀਂ, ਕਿਸੇ ਦੀ ਗੱਲ ਨਿੰਦਿਆ ਚੁਗਲੀ ਸੁਣਨੀ ਨਹੀਂ। ਗੁਰੂ ਜਸ ਸੁਣਨਾ, ਸੋ ਜਿਹੜੀ ਸੁਰਤ ਹੈ ਉਹ ਚੰਗੇ ਪਾਸੇ ਜਾਵੇਗੀ, ਚੰਗੇ ਗੁਣ ਅੰਦਰ ਪੈਦਾ ਹੋਣਗੇ, ਚੰਗੇ ਗੁਣਾਂ ਕਰਕੇ ਸਾਡੇ ਚੰਗੇ ਮਿੱਤਰ ਬਣ ਜਾਂਦੇ ਨੇ, ਚੰਗੇ ਸੰਬੰਧ ਬਣ ਜਾਂਦੇ ਨੇ, ਇਹਦਾ ਫਾਇਦਾ ਇਹ ਗੁਣਗਾਉਣ ਕਰਕੇ ਹੁੰਦਾ। ਚਰਨ ਕਮਲ ਸਿਉਂ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਵੀ। ਗੁਣਗਾਉਣ ਕਰਕੇ ਸਤਿਗੁਰੂ ਜੀ ਅੱਗੇ ਉਪਦੇਸ਼ ਦਇਆ ਕਰਦੇ ਨੇ, ਅੱਗੇ ਫਲ ਪ੍ਰਾਪਤ ਹੁੰਦਾ ਜਿਹੜਾ ਗੁਣਗਾਉਣ ਨਾਲ, ਵਾਹਿਗੁਰੂ ਦੀ ਪੁਸਤਤ ਕਰਨ ਨਾਲ, ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਨ ਨਾਲ। ਚਰਨ ਕਮਲ ਹਨ ਸਤਿਗੁਰੂ ਦਾ ਬ੍ਰਹਮ ਗਿਆਨ, ਬਾਣੀ ਦੇ ਵਿੱਚ ਬ੍ਰਹਮ ਗਿਆਨ ਬਖਸ਼ਿਆ, ਇਹ ਗਿਆਨ ਦੀ ਦਾਤ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਗਿਆਨ ਦੇ ਨਾਲ ਪ੍ਰੀਤ ਬਣਦੀ ਹੈ। ਜਿਸ ਮਨੁੱਖ ਦੀ ਗਿਆਨ ਨਾਲ ਪ੍ਰੀਤ ਬਣੇ, ਧਿਆਨ ਉਹਨੂੰ ਧਿਆਨ ਪ੍ਰਾਪਤ ਹੁੰਦਾ, ਦਇਆ ਸਤ ਸੰਤੋਖ ਧਰਮ ਗਿਆਨ ਇਹ ਗੁਣ ਉਹਦੇ ਅੰਦਰ ਆਉਂਦੇ, ਗੁਣਾਂ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੁੰਦਾ, ਗੁਣ ਮੈਂ ਗੁਣੀ ਸਮਾ ਬਣਿਆ। ਜਿਹਦੀ ਪ੍ਰੀਤ ਚਰਨਾਂ ਕਮਲਾਂ ਨਾਲ ਪ੍ਰਾਪਤ, ਜਿਹਦਾ ਜਸ ਕਰਦਾ ਉਹਦੀ ਪ੍ਰੀਤੀ ਚਰਨਾਂ ਕਮਲਾਂ ਨਾਲ ਗਿਆਨ ਨਾਲ ਹੋਵੇਗੀ, ਸਾਚੀ ਪੂਰਨ ਨਿਰਮਲ ਵੀ। ਸੋ ਇਹ ਜਿਹੜੀ ਪ੍ਰੀਤ ਹੈ ਇਹ ਸੱਚ ਦਾ ਰੂਪ ਧਾਰਨ ਕਰਕੇ ਪੂਰਨਤਾ ਪ੍ਰਾਪਤ ਕਰਦੀ ਹੈ, ਅਤੇ ਮਨੁੱਖ ਦੀ ਨਿਰਮਲ ਰੀਤ ਮਰਿਆਦਾ ਉਹਦੀ ਨਿਰਮਲ ਹੋ ਜਾਂਦੀ ਹੈ, ਰਹਿਣ ਦਾ ਢੰਗ ਹੈ ਜਿਹੜਾ ਉਹ ਸੱਚਾ ਸੁੱਚਾ ਬਣ ਜਾਂਦਾ ਹੈ, ਹਰ ਆਦਮੀ ਉਹਦੇ 'ਤੇ ਵਿਸ਼ਵਾਸ ਕਰਦਾ ਹੈ, ਹਰ ਆਦਮੀ ਸਤਿਕਾਰ ਕਰਦਾ, ਸੰਸਾਰ ਵਿੱਚ ਸਮਾਜ ਵਿੱਚ ਉਹਦਾ ਮੁੱਖ ਉਜਲਾ ਹੁੰਦਾ ਹੈ, ਸਤਿਕਾਰ ਹੁੰਦਾ ਹੈ, ਮਾਇਆ ਵੀ ਫਿਰ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਦੇ ਦਰਗਾਹ ਦੇ ਵਿੱਚ ਵੀ ਉਹਨੂੰ ਮੁੱਖ ਉਜਲੇ ਨਾਲ ਦਾਨ ਪ੍ਰਾਪਤ। ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਦਿਲ ਵਿੱਚ ਜਾਵੇ। ਸੰਤ ਪ੍ਰਸਾਦ ਸਾਧ ਸੰਗਤ ਦੀ ਕਿਰਪਾ ਦੇ ਨਾਲ, ਨਾਮ ਜਪਣ ਵਾਲੇ ਗੁਰੂਆਂ ਦੀ ਕਿਰਪਾ ਦੇ ਨਾਲ ਵਾਹਿਗੁਰੂ ਮਨ ਦੇ ਵਿੱਚ ਵਾਸਾ ਕਰ ਲੈਂਦਾ ਹੈ। ਜਨਮ ਜਨਮ ਕੇ ਦਿਲ ਵਿੱਚ ਜਾਵੇ, ਜਿੱਥੇ ਨਾਮ ਦਾ ਵਾਸਾ ਹੋ ਜਾਵੇ ਉੱਥੇ ਜਨਮਾਂ ਜਨਮਾਂ ਦੇ ਇਕੱਠੇ ਹੋਏ ਹੋਏ ਜਿਹੜੇ ਪਾਪ ਨੇ ਉਹ ਦੂਰ ਹੋ ਜਾਂਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਨਹਿ ਬਿਲੰਬ ਧਰਮਾਂ ਨੂੰ ਬਿਲੰਬ ਪਾਪਾਂ, ਧਰਮ ਹੈ ਜਿਹੜਾ ਨਹਿ ਬਿਲੰਬ, ਧਰਮ ਨੂੰ ਕਦੇ ਦੇਰੀ ਨਾ ਕਰ, ਧਰਮ ਦੇ ਕੰਮ ਦੇ ਵਿੱਚ ਦੇਰੀ ਨਾ ਕਰ। ਅਤੇ ਫਿਰ ਅੱਗੇ ਬਚਨ ਆਇਆ ਬਿਲੰਬ, ਜੇ ਦੇਰ ਕਰੇਗਾ ਫਿਰ ਕੀ ਹੋਵੇਗਾ, ਪਾਪਾਂ ਪਾਪਾਂ ਦੇ ਬਰੇ ਲੱਗ ਜਾਣਗੇ, ਮਨ ਪਾਪਾਂ ਦੇ ਨਾਲ ਭਰਦਾ ਜਾਵੇਗਾ। ਜੇ ਪਾਪ ਧਰਮ ਦੇ ਕੰਮ ਨੂੰ ਕੋਈ ਵੀ ਦੇਰੀ ਕਰਦਾ ਨਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਫਲਾਣੇ ਕਹੋ ਜੀ ਅੰਮ੍ਰਿਤ ਛਕਾਉਣ ਲੱਗੇ ਨੇ, ਚੱਲ ਅਜੇ ਕਿਹੜਾ ਬੁੱਢੇ ਹੋ ਗਏ, ਅਜੇ ਖਾ ਪੀ ਲਈ, ਇਹਦੇ ਨਾਲ ਕੀ ਹੁੰਦਾ ਹੈ, ਜਿੰਨੀ ਤੇਰੀ ਪਹਿਲੀ ਤਾਂ ਇੰਨਾ ਸਾਨੂੰ ਪਤਾ ਹੀ ਨਹੀਂ ਹੈ ਵੀ ਕਿੰਨੀ ਉਮਰ ਹੈ, ਕੋਈ ਪਤਾ ਨਹੀਂ ਅਗਲੇ ਸਵਾਸ ਆਉਣੇ ਨੇ ਕਿ ਨਹੀਂ। ਅਤੇ ਜਿਹੜੇ ਆਉਣੇ ਹਨ, ਜੇ ਜ਼ਿੰਦਗੀ ਮਹਾਰਾਜ ਨੇ ਬਖਸ਼ੀ ਹੈ, ਉਸ ਜ਼ਿੰਦਗੀ ਦੇ ਵਿੱਚ ਜੇ ਨਾਮ ਨਹੀਂ ਜਪਿਆ ਤਾਂ ਪਾਪਾਂ ਦਾ ਮੈਲ ਹੈ ਜਿਹੜੀ ਮੰਦਰ 'ਤੇ ਚੜ੍ਹਦੀ ਜਾਣੀ, ਜਿੰਨੀ ਇਹ ਚੜ੍ਹ ਗਈ ਅਤੇ ਖੰਡੀ ਧੋਤੀ ਉਜਲੀ ਨਾ ਹੋ ਗਈ, ਜੇ ਸੋ ਧੋਵਣ ਪਾਹੇ, ਜਿਵੇਂ ਕੋਹਲੂ ਦਾ ਜਿਹੜੀ ਕੋਹਲੂ ਦੇ ਵਿੱਚ ਲੀਰ ਹੁੰਦੀ ਹੈ ਨਾ, ਕੋਹਲੂ ਸਾਫ਼ ਕਰਨ ਵਾਲਾ, ਕੋਹਲੂ ਦਾ ਜਿਹੜਾ ਤੇਲ ਕੱਢਣ ਵਾਲਾ ਤੇਲੀ ਹੈ, ਉਹ ਲੀਰ ਨੂੰ ਜੇ 100 ਵਾਰ ਧੋਈਏ ਤਾਂ ਵੀ ਉਹ ਚਿੱਟੀ ਹੁੰਦੀ। ਜਿਹਨੇ ਧਰਮ ਤੋਂ ਕਿਨਾਰਾ ਕਰ ਲਿਆ ਨਾ, ਧਰਮ ਛੱਡ ਦਿੱਤਾ, ਧਰਮ ਦੀ ਬਾਰੀ ਟਾਲੀ ਜਾਂਦਾ ਵੀ ਧਰਮ ਛੱਡ ਲਈ, ਅੱਜ ਵੀ ਕਰਦੇ ਹਾਂ, ਗਲਤ ਵੀ ਕੱਲ੍ਹ ਵੀ ਕਰਦੇ, ਚੰਗਾ ਕਰਮ ਅੱਜ ਵੀ ਕਰਦੇ, ਸ਼ਰਾਬ ਪੀਂਦੇ ਹਾਂ, ਮਾੜੇ ਕਰਮ ਕਰਦੇ ਹਾਂ, ਅੱਜ ਵੀ ਛੱਡਦੇ ਹਾਂ, ਕੱਲ੍ਹ ਨੂੰ ਅੱਜ ਕੱਲ੍ਹ ਕਰਦੇ ਹਾਂ, ਕਾਲ ਵਿਆਪਕ ਹੈ, ਇਹ ਪਾਪ ਇੰਨਾ ਚੜ੍ਹਦਾ ਜਾਂਦਾ ਹੈ, ਮੁੜ ਕੇ ਭੁੱਲਿਆ ਜਾਂਦਾ, ਮਨੁੱਖ ਨਿਕਲ ਜਾਂਦੀ ਹੈ ਗੱਲ ਦੇ ਵਿੱਚੋਂ, ਅਤੇ ਏਡਾ ਪੱਕਾ ਜਿੱਦੀ ਮਨੁੱਖ ਦਾ ਸੁਭਾਅ ਹੋ ਜਾਂਦਾ ਹੈ, ਪਾਪ ਕਰਦਾ ਹੀ ਮੁੱਕ ਜਾਂਦਾ ਹੈ। ਇਸ ਕਰਕੇ ਕਹਿੰਦੇ ਨੇ ਜਨਮ ਜਨਮ ਕੇ ਕਿਲ ਵਿੱਚ ਜਾਹੀ, ਨਾਮ ਜਪਣ ਕਰਕੇ ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਨੇ, ਕਰ ਕਿਰਪਾ ਪ੍ਰਭ ਨਹੀਂ ਦਇਆਲਾ, ਨਾਨਕ ਮੰਗਾ ਸੰਤ ਰਵਾਲ। ਸੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀ ਦਾ ਦਾਨ ਦੇ ਕੇ ਸੰਸਾਰ ਨੂੰ ਬ੍ਰਹਮ ਗਿਆਨ ਦਾ ਦਾਨ ਬਖਸ਼ਿਆ, ਸੰਸਾਰ ਨੂੰ ਅਣਖ ਨਾਲ ਜੋੜਨਾ ਦਰਸਾਇਆ, ਆਪਣੇ ਬਚਨਾਂ ਦੇ ਉੱਤੇ ਪਹਿਰਾ ਕਿਵੇਂ ਦੇਈਦਾ ਹੈ, ਇਹ ਉਪਦੇਸ਼ ਆਪ ਸਰੀਰ ਦਾ ਦਾਨ ਦੇ ਕੇ ਸੰਸਾਰ ਨੂੰ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਜੀ ਦਇਆ ਕਰਦੇ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਇਹ ਦੀਨਾਂ ਦੇ ਉੱਤੇ ਨਿਮਾਣਿਆਂ ਦੇ ਉੱਤੇ ਦਇਆ ਕਰਨ ਵਾਲੇ ਮੇਰੇ ਉੱਤੇ ਦਇਆ ਕਰ, ਨਾਨਕ ਮੰਗਾ ਸੰਤ ਰਵਾਲਾ। ਦਾਸ ਨਾਨਕ ਆਪ ਦੇ ਘਰ ਤੋਂ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜੋ ਤੇਰੇ ਉਪਦੇਸ਼ ਨੂੰ ਕਮਾ ਜਾਂਦੇ ਹਨ, ਜੋ ਤੇਰੇ ਉਪਦੇਸ਼ ਨੂੰ ਕਮਾਉਂਦੇ ਹਨ, ਉਹਨਾਂ ਦੇ ਚਰਨਾਂ ਦੀ ਕਲੀਆਂ ਦੀ ਜਿਹੜੀ ਧੂੜ ਹੈ ਉਹ ਮੈਨੂੰ ਮੱਥੇ 'ਤੇ ਲਾਉਣ ਨੂੰ ਬਖਸ਼।
इन्नी निम्रता दे विच एडी वड्डी कुर्बानी करके एडे वड्डे विद्वान सारियां कलां दे दादे सब कलां संपूर्ण सतगुरु उन्होंने इन्नी निम्रता धारण कीती है। सो ये उपदेश सानूं दान बख्शिश कीता है गुरु अर्जन देव सच्चे पातशाह मेहरां करन इह उपदेश आप जी का साढ़े सारिया के हिरदे अंदर वसे उपदेश नूं कमाउण लई गुरु चरणां च सारे अरदास करिए सानूं बरकत प्राप्त होवे। दाता सभनां दी हाजरी इस दर ते प्रवान करन ਉਹਨਾਂ ਕੋਲ ਨੰਗਲ ਦੀਆਂ ਦੀ ਖਿਮਾ ਬਖਸ਼ ਦੇਣੀ ਜੀ ਆਓ ਪਦੇ ਬੁਲਾ ਕੇ ਗੁਰੂ ਦੇਵ ਦੇ ਚਰਨਾਂ ਦਾ ਆਸਰਾ ਮੰਗੀਏ। ਵਾਹਿਗੁਰੂ ਵਾਹਿਗੁਰੂ ਸਤਨਾਮ ਕਰਤਾ ਪ੍ਰਭੂ ਦੇਖੋ ਨਿਰਵੈਰ ਕਾਲ।